ਮੈਂ ਤਾਂ ਆਪਣੀਆਂ ਟੈਲਾਂ ਭੰਨ ਕੇ ਮੈਂ ਪੰਜਾਬ ਛੱਡ ਕੇ ਜਾਊਂਗਾ। ਮੈਂ ਤਾਂ ਸਾਰੀਆਂ ਟੈਲਾਂ ਭੰਨ ਰਿਹਾ ਆਪਣੀਆਂ, ਮੁੜ ਕੇ ਮੈਂ ਨਹੀਂ ਆਉਂਦਾ ਉਰੇ, ਮੈਂ ਨਹੀਂ ਮੁੜ ਕੇ ਉਰੇ। ਕੋਈ ਪੰਜਾਬ 'ਚ ਨਾ ਕੰਮ ਕਰੀਓ, ਪੰਜਾਬ ਦਾ ਇੰਨਾ ਬੁਰਾ ਹਾਲ ਹੈ ਨਾ, ਕੋਈ ਪੰਜਾਬ ਦਾ ਕੰਮ ਨਾ ਕਰੀਓ, ਇੰਨਾ ਬੁਰਾ ਹਾਲ ਆ ਪੰਜਾਬ ਦਾ ਨਾ, ਪੰਜਾਬ 'ਚ ਕੰਮ ਨਾ ਕਰ ਲਿਓ ਕੋਈ। ਮੈਂ ਤਾਂ ਛੱਡ ਕੇ ਕਿਤੇ ਹੋਰ ਜਾਊਂਗਾ, ਪੰਜਾਬ 'ਚ ਨਹੀਂ ਕੰਮ ਕਰਦਾ। ਮੁੱਖ ਮੰਤਰੀ ਸਿਟੀ ਹੋ ਕੇ ਫਿਰ ਵੀ ਚੋਰੀਆਂ ਆਉਂਦੀਆਂ ਨੇ, ਤੀਜੀ ਚੋਰੀ ਆ ਮੇਰੀ ਅੱਜ। ਦੇਖੋ ਸਾਰਾ ਲੈ ਗਏ ਸਮਾਨ, ਏਸੀ ਲੈ ਗਏ, ਟਿਪ ਟੀਵੀ ਲੈ ਗਏ, ਅਤੇ ਕੈਸ਼ ਲੈ ਗਏ। ਇੰਨਾ ਬੁਰਾ ਹਾਲ ਆ ਪ੍ਰਸ਼ਾਸਨ ਦਾ ਕਿ ਇੱਥੇ ਕੋਈ ਸੁਣਵਾਈ ਨਹੀਂ ਹੈਗੀ, ਕੋਈ ਮੁੱਖ ਮੰਤਰੀ ਸਿਟੀ 'ਚ ਕੋਈ ਸਪਲਾਈ ਨਹੀਂ ਹੈਗੀ, ਬਹੁਤ ਬੁਰਾ ਹਾਲ ਆ ਇਹਨਾਂ ਦਾ। ਮੈਂ ਤਾਂ ਸਾਰਾ ਕੁਛ ਵੇਚ ਕੇ ਕਿਤੇ ਹੋਰ ਕੰਮ ਕਰੂੰਗਾ, ਪੰਜਾਬ 'ਚ ਤਾਂ ਰਹਿਣੀ ਨਹੀਂ। ਪੰਜਾਬ ਦਾ ਇੰਨਾ ਬੇੜਾ ਗਰਕ ਹੋ ਗਿਆ ਨਾ, ਕਿਸੇ ਨੂੰ ਰੋਟੀ ਖਾਣ ਜੋਗੇ ਨਹੀਂ ਛੱਡੇ। ਆਹ ਦੇਖੋ ਮੈਂ ਤੀਜੇ ਵਾਰੀ ਚੋਰੀ ਹੋਈ ਆ ਮੇਰੀ, ਸਾਰਾ ਕੁਛ ਲੁੱਟ ਕੇ ਲੈ ਗਏ। ਦੱਸੋ ਮੈਂ ਕੀ ਕਰਾਂ, ਮੇਰੀ ਡਾਇਲਸਿਸ ਹੁੰਦੀ ਆ, ਮੇਰਾ ਸਾਰਾ ਹੁੰਦਾ, ਮੇਰੇ ਕੋਲ ਪੈਸੇ ਕੁਛ ਨਹੀਂ ਛੱਡਿਆ, 60,000 ਰੁਪਇਆ ਲੈ ਗਏ। ਦੱਸ ਮੈਂ ਕੀ ਕਰਾਂ, ਪ੍ਰਸ਼ਾਸਨ ਇੰਨਾ ਉਹ ਬੇਕਾਰ ਆ ਵੀ ਚੋਰੀਆਂ ਨਹੀਂ ਫੜ ਸਕਦੇ ਪ੍ਰਸ਼ਾਸਨ। ਅਤੇ ਪ੍ਰਸ਼ਾਸਨ ਅਸੀਂ ਤੀਜੇ ਵਾਰੀ ਅਸੀਂ ਚੋਰੀ ਹੋਈ ਆ, ਪ੍ਰਸ਼ਾਸਨ ਕੋਈ ਕਾਰਵਾਈ ਨਹੀਂ ਕਰ ਰਿਹਾ, ਕੁਛ ਨਹੀਂ ਕਰ ਰਿਹਾ। ਹਾਂਜੀ ਅੰਕਲ ਜੀ, ਕੀ ਨਾਮ ਆ ਤੁਹਾਡਾ? ਵਰਿੰਦਰ ਗੋਇਲ। ਅੰਕਲ ਜੀ, ਕਿੰਨੀਆਂ ਵਾਰੀ ਚੋਰੀ ਹੋ ਰਹੀ ਹੈ ਤੁਹਾਡੀ? ਇਹ ਤੀਜੀ ਵਾਰੀ ਚੋਰੀ ਹੋ ਰਹੀ ਆ। ਅੱਛਾ ਜੀ, ਇਸ ਤੋਂ ਪਹਿਲਾਂ ਵੀ ਚੋਰੀਆਂ ਨੂੰ? ਹਾਂ, ਪਹਿਲਾਂ ਵੀ 2.5 ਲੱਖ ਦਾ ਮਾਲ ਚੱਕਿਆ ਗਿਆ ਸੀ, ਉਸ ਤੋਂ ਪਹਿਲਾਂ 4 ਲੱਖ ਦਾ ਮਾਲ ਚੱਕਿਆ ਗਿਆ ਸੀ। ਅਸੀਂ ਤਾਂ ਚੋਰਾਂ ਤੋਂ ਇੰਨੇ ਪਰੇਸ਼ਾਨ ਹੋ ਗਏ, ਸਾਡੀ ਫੈਕਟਰੀ ਵੇਚਣ ਨੂੰ ਤਿਆਰ ਹੋ ਰਿਹਾ। ਮੈਂ ਤਾਂ ਪੰਜਾਬ ਦੇ ਵਿੱਚ ਕੰਮ ਕਰਨ ਨੂੰ ਜੀ ਨਹੀਂ ਕਰਦਾ, ਬਾਹਰ ਕਰਾਂਗੇ ਕੰਮ ਕਿਤੇ। ਤੁਸੀਂ ਰੋਸ ਵਜੋਂ ਇੰਟਰਲੋਕ ਟੈਲਾਂ ਵੀ ਭੰਨੀਆਂ ਨੇ? ਹਾਂ ਭੰਨੀਆਂ ਨੇ ਜੀ, ਅਸੀਂ ਕਰੀਏ ਕੀ, ਕਿੱਥੇ ਜਾਈਏ, ਕਿਹੜੇ ਖੂਹ 'ਚ ਜਾਈਏ? ਇੰਨੀ ਚੋਰੀਆਂ ਹੋ ਗਈਆਂ ਜੀ, ਕੀ ਕਰੀਏ? ਹੁਣ ਲੈਪਟਾਪ ਲੈ ਗਏ, ਸਾਰਾ ਹਿਸਾਬ ਕਿਤਾਬ ਉਹ 'ਚ ਵੱਗ ਗਿਆ, ਅਸੀਂ ਕਿੱਥੋਂ ਪੈ ਲਵਾਂਗੇ ਲੋਕਾਂ? ਹੋਰ ਕੀ ਕੁਛ ਲੁੱਟ ਕੇ ਲੈ ਗਏ ਚੋਰ? ਚੋਰ ਲੈ ਏਸੀ ਲੈ ਗਏ ਜੀ, ਲੈਪਟਾਪ ਲੈ ਗਏ, ਅਤੇ ਟੀਵੀ ਲੈ ਗਏ, ਅਤੇ 60,000 ਰੁਪਏ ਕੈਸ਼ ਲੈ ਗਏ ਗੱਲੇ 'ਚੋਂ ਕੱਟ ਗਏ। ਅਸੀਂ ਗੇਟ ਵੀ ਦੇਖੇ, ਗੇਟ ਵੀ ਬੁਰੇ ਤਰੀਕੇ ਨਾਲ ਨੁਕਸਾਨੇ ਗਏ ਨੇ। ਹਾਂ, ਦੂਰੇ ਕਰੇ ਪਏ ਨੇ ਜੀ, ਇਹ ਐਂ ਚੋਰੀਆਂ ਹੋਣ ਲੱਗ ਗਈਆਂ ਤਾਂ ਫਿਰ ਕੀ ਹੋਊਗਾ ਪੰਜਾਬ ਦਾ ਹਾਲ? ਪੰਜਾਬ ਦਾ ਬੜਾ ਬੇੜਾ ਗਰਕ ਹੋਇਆ ਪਿਆ, ਬਹੁਤ ਚੋਰੀਆਂ ਹੋ ਰਹੀਆਂ ਨੇ, ਕੋਈ ਸੁਣਵਾਈ ਨਹੀਂ ਹੋ ਰਹੀ। ਪੁਲਿਸ ਨੇ ਕਾਰਵਾਈ ਆਰੰਭ ਵਿੱਚ ਲਿਆਂਦੀ? ਪੁਲਿਸ ਆਈ ਸੀ ਜ਼ਰੂਰ, ਪਰ ਕਾਰਵਾਈ ਹੁਣ ਹੋਊਗੀ ਨਾ ਹੋਊਗੀ ਉਹ ਪੁਲਿਸ ਨੂੰ ਪਤਾ ਜੀ, ਸਾਨੂੰ ਨਹੀਂ ਪਤਾ ਹੈਗਾ। ਸਾਨੂੰ ਕਹਿ ਗਿਆ ਨਹੀਂ ਅਸੀਂ ਕਾਰਵਾਈ ਕਰਾਂਗੇ, ਪਰ ਪਹਿਲਾਂ 2 ਵਾਰੀ ਚੋਰੀ ਹੋ ਗਈ, ਉਹਦੀ ਕੋਈ ਕਾਰਵਾਈ ਨਹੀਂ ਹੋਈ। ਹੁਣ ਤੁਸੀਂ ਕੀ ਜੇ ਅਸੀਂ ਅੱਜ ਤੱਕ ਦੇਖਾਂਗੇ ਜੀ, ਜੇ ਕੋਈ ਕਾਰਵਾਈ ਹੁੰਦੀ ਆ ਠੀਕ ਆ, ਨਹੀਂ ਕੱਲ੍ਹ ਨੂੰ ਅਸੀਂ ਨਾਭਾ ਰੋਡ ਜਾਮ ਕਰਾਂਗੇ ਜੀ। ਅਸੀਂ ਇੰਨੇ ਦੁਖੀ ਹੋਏ ਪਏ ਹਾਂ, ਅਸਾਂ ਰੋਡ 'ਤੇ ਬੈਠਾਂਗੇ, ਸਾਰਾ ਗੁੱਸਾ ਲੈ ਗਏ, ਹੁਣ ਸਾਡੇ ਕੋਲ ਕੀ ਰਹਿ ਗਿਆ? ਅਸੀਂ ਕੰਮ ਕਿੱਥੋਂ ਕਰਾਂਗੇ ਜੀ? ਸਾਡੀ ਸਾਰਾ ਲੈਪਟਾਪ ਵੀ ਲੈ ਗਏ, ਸਾਰਾ ਹਿਸਾਬ ਕਿਤਾਬ ਵੀ ਲੈ ਗਏ। ਤੁਸੀਂ ਡਾਇਲਿਸਿਸ ਤੇ ਵੀ ਹੁੰਦਾ? ਹਾਂ, ਡਾਇਲਿਸਿਸ ਹੁੰਦਾ ਮੇਰਾ, ਹਫ਼ਤੇ 2 ਵਾਰੀ ਹੁੰਦਾ। ਠੀਕ ਹੈ, ਸਰੀਰਕ ਤੌਰ ਤੇ ਵੀ ਤੁਹਾਨੂੰ ਬਿਮਾਰੀ ਹੈਗੀ ਕੋਈ? ਹਾਂ, ਮੇਰੇ ਕਿਡਨੀਆਂ ਖਰਾਬ ਨੇ ਜੀ। ਅੱਛਾ ਜੀ, ਸ਼ੂਗਰ ਆ, ਕਿਡਨੀਆਂ ਖਰਾਬ ਨੇ, ਬਲੱਡ ਪ੍ਰੈਸ਼ਰ ਆ। ਠੀਕ, ਬਹੁਤ ਬੁਰਾ ਹਾਲ ਆ ਆਪਾਂ ਕਹਿ ਦਈਏ ਪੰਜਾਬ ਦਾ, ਬਹੁਤ ਬੁਰਾ ਹਾਲ ਆ ਜੀ। ਚੋਰੀਆਂ ਇੰਨੀਆਂ ਹੋ ਰਹੀਆਂ ਨੇ, ਕੀ ਬੰਦਾ ਵਪਾਰੀ ਜਾਊ ਕਿਤੇ? ਮੈਂ ਤਾਂ ਕਹਿੰਦਾ ਵਪਾਰੀ ਪੰਜਾਬ 'ਚ ਕੰਮ ਨਾ ਕਰੇ, ਪੰਜਾਬ 'ਚ ਕੋਈ ਨਵਾਂ ਵਪਾਰੀ ਨਾ ਕੰਮ ਕਰੇ, ਕੋਈ ਇੰਡਸਟਰੀ ਨਾ ਲਾਵੇ। ਇੱਥੇ ਲੁੱਟ ਖੋਹ, ਚੋਰੀਆਂ, ਕਤਲ ਬਹੁਤ ਹੋ ਰਹੇ ਨੇ।